ਤੁਸੀਂ ਦੇਖ ਰਹੇ ਡੈਰੀ ਫੈਰ ਟੀ ਵੀ, ਮੈਂ ਹਾਂ ਸੰਦੀਪ ਸ਼ਰਮਾ। 22 ਜਨਵਰੀ ਨੂੰ ਭਾਰਤ ਨਹੀਂ ਪੂਰੇ ਵਿਦੇਸ਼ਾਂ ਦੇ ਵਿੱਚ ਵੀ ਇਹ ਦਿਨ ਇਤਿਹਾਸਿਕ ਹੋਣ ਵਾਲਾ, ਲੇਕਿਨ ਕਿਉਂਕਿ ਸ਼੍ਰੀ ਰਾਮ ਲੱਲਾ ਜਿਹੜੀ ਉੱਥੇ ਅਯੋਧਿਆ ਦੇ ਵਿੱਚ ਜਿਹੜੀ ਉਹਦੀ ਮੂਰਤੀ ਪ੍ਰਾਣ ਪ੍ਰਤਿਸ਼ਠਾ ਹੋਣ ਜਾ ਰਹੀ, ਤਾਂ ਲੇਕਿਨ ਉਸ ਤੋਂ ਪਹਿਲਾਂ ਪੰਜਾਬ ਦੇ ਹੀ ਲੁਧਿਆਣਾ ਦੇ ਗੋਬਿੰਦ ਗੋਧਾਮ ਦੇ ਵਿੱਚ ਅੱਜ ਭਗਵਾਨ ਸ਼੍ਰੀ ਵਾਲਮੀਕਿ ਮਹਾਰਾਜ ਮਿਲ ਕੇ ਹਮ ਪੰਜਾਬ ਕੋ ਰੰਗਲਾ ਪੰਜਾਬ ਬਣਾਏਂਗੇ, ਔਰ ਬਿਜਲੀ ਕੇ ਮਾਮਲੇ ਮੇਂ ਪੰਜਾਬ ਕੋ ਸਰਪਲਸ ਬਣਾਏਂਗੇ। 24 ਘੰਟੇ ਬਿਜਲੀ ਰਹਿੰਦੀ ਹੈ ਜੀ, ਕੋਈ ਦਿੱਕਤ ਨਹੀਂ ਬਿਜਲੀ ਦੀ ਸਾਨੂੰ। ਗਰੀਬਾਂ ਦਾ ਜਿਉਣ ਦਾ ਸਤਰ ਜਿਹੜਾ ਜੀਵਨ ਉੱਚਾ ਪੱਧਰ ਦਾ ਕਿਵੇਂ ਚੱਕ ਸਕਦੇ ਹਾਂ, ਇਹ ਸਾਡੀਆਂ ਪ੍ਰਾਇਓਰਟੀਜ਼ ਨੇ। ਮੇਰੇ 'ਤੇ ਯਕੀਨ ਤੁਸੀਂ ਕੀਤਾ ਤਾਂ ਯਕੀਨ ਰੱਖਿਓ, ਮੈਂ ਤੁਹਾਡਾ ਯਕੀਨ ਕਦੇ ਟੁੱਟਣ ਨਹੀਂ ਦਊਂਗਾ। ਰਾਜ ਜੀ ਦੀ ਮੂਰਤੀ ਸਥਾਪਨਾ ਇੱਥੇ ਕੀਤੀ ਗਈ ਹੈ, ਇੱਕ ਬਹੁਤ ਵੱਡਾ ਇੱਕ ਇਹ ਵੀ ਇਤਿਹਾਸਿਕ ਦਿਨ ਹੈ ਜਿਹੜਾ 21 ਜਨਵਰੀ ਨੂੰ ਪੂਰੇ ਇਸ ਅਯੋਧਿਆ ਦੇ ਨਾਂ ਨਾਲ ਇਸ ਦਿਨ ਦਾ ਵੀ ਇਤਿਹਾਸ ਲਿਖਿਆ ਜਾਵੇਗਾ। ਅਤੇ ਮੇਰੇ ਨਾਲ ਮੌਜੂਦ ਹੈ ਸ਼੍ਰੀ ਰਾਮ ਤੀਰਥ ਅੰਮ੍ਰਿਤਸਰ ਤੋਂ ਸਵਾਮੀ ਜੀ ਸ਼੍ਰੀ ਪੀਲਦਾਸ ਜੀ, ਗੱਲਬਾਤ ਕਰਦੇ ਹਾਂ। ਮਹਾਰਾਜ ਸਵਾਗਤ ਹੈ ਸਰ। ਇੱਕ ਸਰ ਦੇਖ ਲਓ, ਅੱਜ ਬੜਾ 22 ਦਿਨ ਨੂੰ ਲੋਕ 22 ਜਨਵਰੀ ਨੂੰ ਬੜਾ ਇਤਿਹਾਸਿਕ ਦਿਨ ਸਮਝਦੇ ਸੀ, ਲੇਕਿਨ ਅੱਜ ਉਸ ਤੋਂ ਪਹਿਲਾਂ ਹੀ 21 ਜਨਵਰੀ ਨੂੰ ਪੰਜਾਬ ਦੇ ਭਗਵਾਨ ਸ਼੍ਰੀ ਵਾਲਮੀਕਿ ਮਹਾਰਾਜ ਦੇ ਮੰਦਰ ਦੀ ਮੂਰਤੀ ਸਥਾਪਨਾ ਹੋ ਕੇ ਇੱਕ ਇਤਿਹਾਸਿਕ ਵੀ ਦਿਨ ਮੰਨਿਆ ਜਾਵੇ। ਬਹੁਤ ਵੱਡਾ ਦਿਨ ਹੈ ਕਿ ਅੱਜ ਸ਼੍ਰੀ ਗੋਬਿੰਦ ਧਾਮ ਦੇ ਵਿੱਚ ਪਰਮ ਪਿਤਾ ਪਰਮਾਤਮਾ ਭਗਵਾਨ ਵਾਲਮੀਕਿ ਮਹਾਰਾਜ ਜੀ ਦੀ ਪਾਵਨ ਔਰ ਪਵਿੱਤਰ ਮੂਰਤੀ ਦਾ ਅਨਾਵਰਣ ਕੀਤਾ ਗਿਆ ਹੈ, ਔਰ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਦੇ ਹਾਂ ਸਾਡੇ ਬਹੁਤ ਸਤਿਕਾਰਯੋਗ ਭਾਰਤੀ ਵਾਲਮੀਕਿ ਧਰਮ ਸਮਾਜ ਦੇ ਰਾਸ਼ਟਰੀ ਮੁੱਖ ਸੰਚਾਲਕ ਵਰੇਸ਼ ਵਿਜੇ ਦਾਨਵ ਜੀ, ਬਹਿਣ ਰਾਸ਼ੀ ਅਗਰਵਾਲ ਜੀ ਦਾ, ਔਰ ਜਿੰਨੇ ਵੀ ਉਹਨਾਂ ਦੇ ਟਰੱਸਟੀ ਨੇ ਉਹਨਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਦਾਸ ਨੂੰ ਇੱਥੇ ਬੁਲਾ ਕੇ, ਔਰ ਉਸ ਮੈਂ ਤਾਂ ਐਡੀ ਤੁਸ਼ਬੁੱਧੀ ਦਾ ਮਾਲਕ ਨਹੀਂ ਹਾਂ ਵੀ ਮੈਂ ਪਰਮਾਤਮਾ ਦੀ ਮੂਰਤੀ ਦਾ ਅਨਾਰੰਭ ਕਰਾਂ, ਕਿਉਂਕਿ ਉਹਨਾਂ ਨੇ ਖੁਦ ਸਾਨੂੰ ਇਸ ਸੰਸਾਰ ਦੇ ਵਿੱਚ ਭੇਜਿਆ ਹੈ। ਪਰ ਜੋ ਸੇਵਾ ਸੰਸਾਰ ਦੇ ਵਿੱਚ ਲੱਗੀ ਹੈ ਉਸ ਸੇਵਾ ਨੂੰ ਨਿਭਾਉਣ ਵਾਸਤੇ ਲੋਕ ਸਾਰਿਆਂ ਦੇ ਦਰਸ਼ਨ ਕਰਨ ਵਾਸਤੇ ਇੱਥੇ ਆਏ ਹਾਂ, ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ, ਕਿਉਂਕਿ ਵਾਲਮੀਕਿ ਸਤਨਾਮ ਕੋ ਜੋ ਸਿਮਰੇ ਮਨ ਲਾਏ, ਸੱਚੇ ਨਾਮ ਜਹਾਜ਼ ਪਰ ਚੜ੍ਹ ਬੈਕੁੰਠ ਕੋ ਜਾਏ। ਬੈਕੁੰਠ ਦੀ ਸੈਰ ਤਾਂ ਹੀ ਹੋਣੀ ਹੈ ਜੇ ਅਸੀਂ ਉਸ ਪਰਮਾਤਮਾ ਦਾ ਨਾਮ ਹਿਰਦੇ ਦੇ ਵਿੱਚ ਵਸਾਇਆ ਹੋਏਗਾ, ਪਰਮਾਤਮਾ ਨੂੰ ਯਾਦ ਕੀਤਾ ਹੋਏਗਾ, ਪਰਮਾਤਮਾ ਦੇ ਵਚਨਾਂ ਨੂੰ ਪਰਮਾਤਮਾ ਦੀ ਬਾਣੀ ਨੂੰ ਆਪਣੇ ਹਿਰਦੇ ਦੇ ਵਿੱਚ ਵਸਾਇਆ ਹੋਏਗਾ, ਤਾਂ ਹੀ ਉਸ ਪਰਮਾਤਮਾ ਦਾ ਦਰਸ਼ਨ ਦੀਦਾਰ ਹੋ ਸਕਦਾ ਹੈ। ਸਰ ਦੇਖੋ, ਅੱਜ ਬੜਾ ਵੱਡਾ ਦਿਨ ਵੀ, ਆਕਾਸ਼ੀਆ ਦਿਨ ਹੈ, ਇੱਕ ਪਵਿੱਤਰ ਦਿਨ ਹੈ, 22 ਤਰੀਕ ਨੂੰ ਬੜਾ ਇਤਿਹਾਸਿਕ ਲੋਕ ਮੰਨਦੇ ਸੀ, ਲੱਗਦਾ ਵੀ ਇਹ ਜਿਹੜੇ ਭੇਦਭਾਵ ਪਹਿਲਾਂ ਚੱਲਦੇ ਸੀ ਹੁਣ ਖਤਮ ਹੋ ਗਏ, ਇੱਕ ਮਾਲਾ ਦੇ ਵਿੱਚ ਪੂਰੇ ਹਿੰਦੁਸਤਾਨ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਰੋਇਆ, ਔਰ ਉਡੜੀ ਜ਼ਰੂਰ ਸੀ ਕਿੰਨੇ ਸਾਲਾਂ ਤੋਂ, ਵਰਸ਼ਾਂ ਤੋਂ, 5000 ਸਾਲਾਂ ਤੋਂ ਪਹਿਲਾਂ, ਕਿ ਅੱਜ ਉਹ ਸੁਪਨਾ ਪੂਰਾ ਹੁੰਦਾ ਨਜ਼ਰ ਆਇਆ। ਹਰ ਮੰਦਰਾਂ ਦੇ ਵਿੱਚ ਹੁਣ ਭਗਵਾਨ ਸ਼੍ਰੀ ਵਾਲਮੀਕਿ ਮਹਾਰਾਜ ਜੀ ਦੀ ਮੂਰਤੀ ਹੋ ਗਈ, ਅਤੇ ਪੂਰਾ ਇੱਕ ਜਿਹੜਾ ਲੋਕਾਂ ਨੂੰ ਹੁੰਦਾ ਵੀ ਰਮਾਇਣ ਰਚਿਤਾ ਲਵ ਕੁਸ਼ ਪਾਲਕ ਸੀਤਾ ਰਕਸ਼ਕ ਜਿਹੜੇ ਭਗਵਾਨ ਵਾਲਮੀਕਿ ਸੀ, ਜਿਨ੍ਹਾਂ ਦੇ ਬਦੌਲਤ ਇਹ ਰਮਾਇਣ ਲਿਖੀ ਗਈ, ਵੀ ਲੋਕਾਂ ਨੂੰ ਹੁਣ ਪੂਰਾ ਆਉਣ ਵਾਲੀ ਪੀੜ੍ਹੀ ਨੂੰ ਇਤਿਹਾਸ ਨਾਲ ਜਾਣੂ ਹੋ ਸਕਦੇ। ਦੇਖੋ ਜੀ, ਇਤਿਹਾਸ ਤਾਂ ਸਾਰਿਆਂ ਨੂੰ ਪਤਾ ਹੀ ਹੈ, ਪਹਿਲੇ ਵੀ ਪਤਾ, ਹੁਣ ਵੀ ਪਤਾ, ਕਿਉਂਕਿ ਭਗਵਾਨ ਵਾਲਮੀਕਿ ਜੀ ਦੇ ਨਾਂ ਦੇ ਨਾਲ ਜਿਹੜਾ ਹੈ ਰਾਮ ਸ਼ਬਦ ਜੁੜਦਾ ਹੈ। ਭਗਵਾਨ ਵਾਲਮੀਕਿ ਨਾ ਹੁੰਦੇ ਤਾਂ ਰਾਮ ਨਾ ਹੁੰਦੇ, ਜੇ ਭਾਰਤ ਦੀ ਇਸ ਧਰਤੀ ਉੱਤੇ ਪ੍ਰਭੂ ਵਾਲਮੀਕਿ ਅਵਤਾਰ ਨਾ ਹੁੰਦੇ। ਇਹ ਵਾਲਮੀਕਿ ਮਹਾਰਾਜ ਦੀ ਕਿਰਪਾ ਦੇ ਨਾਲ ਹੀ ਹੋਇਆ ਸਾਰਾ ਕੁਛ, ਕਿਉਂਕਿ ਦੇਖੋ ਹੁਣ ਗੱਲ ਚੱਲ ਰਹੀ ਸੀ ਉੱਥੇ ਵੀ ਸਿੰਧੂ ਘਾਟੀ ਦੀ, ਸਪਤ ਘਾਟੀ ਜਿਹੜੀਆਂ ਸੀ ਉਹਦੇ ਨਾਲ ਨਾਲ ਸਪਤ ਰਿਸ਼ੀ ਵੀ ਸੀ,
ਇਹ ਜਿਹੜਾ ਦੇਸ਼ ਜੀ ਜਦੋਂ ਪਰਮਾਤਮਾ ਵਾਲਮੀਕਿ ਮਹਾਰਾਜ ਜੀ ਦਾ ਜਿਹੜਾ ਆਸ਼ਰਮ ਸੀ ਉੱਥੇ ਸਪਤ ਰਿਸ਼ੀਆਂ ਦਾ ਆਸ਼ਰਮ ਸੀ, ਪਰ ਰਾਮ ਚੰਦਰ ਜੀ ਨੇ ਇਹ ਗੱਲ ਕਹੀ ਲਕਸ਼ਮਣ ਜੀ ਨੂੰ, ਰਮਾਇਣ ਦੇ ਵਿੱਚ ਆਉਂਦਾ ਹੈ ਕਿ ਤੁਸੀਂ ਪਰਮਾਤਮਾ ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਆਸ਼ਰਮ ਵਿੱਚ ਹੀ ਮਾਤਾ ਸੀਤਾ ਨੂੰ ਛੱਡ ਕੇ ਆਉਣਾ ਆ, ਕਿਉਂਕਿ ਉਹ ਪਵਿੱਤਰ ਆਸ਼ਰਮ ਆ। ਸੱਤ ਰਿਸ਼ੀਆਂ ਦਾ ਉੱਥੇ ਆਸ਼ਰਮ ਹੋਰ ਵੀ ਸੀ, ਪਰ ਪਰਮਾਤਮਾ ਵਾਲਮੀਕਿ ਮਹਾਰਾਜ ਦੇ ਆਸ਼ਰਮ 'ਤੇ ਕਿਉਂ ਉਹਨਾਂ ਨੂੰ? ਕਿਉਂਕਿ ਸ਼ੇਰ ਬੱਕਰੀ ਜਿਹੜੀ ਹੈ ਆਪਣੀ ਆਦਤਾਂ ਨੂੰ ਛੱਡ ਕੇ, ਸੱਪ ਅਤੇ ਨੇਵਲਾ, ਸ਼ੇਰ ਔਰ ਬੱਕਰੀ ਜਿਹੜੀਆਂ ਆਪਣੀ ਇੱਕ ਦੂਜੇ ਦੀਆਂ ਜਿਹੜੀਆਂ ਮਾਰਨ ਵਾਲੀਆਂ ਜਿਹੜੀਆਂ ਆਦਤਾਂ ਸੀ, ਔਰ ਤੋਂ ਬਾਹਰ ਨਿਕਲ ਕੇ ਉਸ ਪਰਮਾਤਮਾ ਦੇ ਚਰਨਾਂ ਦੇ ਵਿੱਚ ਬੜੇ ਪਿਆਰ ਪੂਰਵਕ ਰਹਿ ਰਹੇ ਸਨ, ਇਸ ਕਾਰਨ ਉਹ ਪਵਿੱਤਰ ਆਸ਼ਰਮ ਆ। ਇਸ ਲਈ ਇਹ ਜਿਹੜਾ ਬੜਾ ਅੱਛਾ ਪ੍ਰਯਾਸ ਹੈ ਮੇਰੇ ਦਾਨਵ ਸਾਹਿਬ ਦਾ, ਵੀ ਜਿਨ੍ਹਾਂ ਨੇ ਇਹ ਪ੍ਰਯਾਸ ਕੀਤਾ ਜਾਂ ਇੱਥੋਂ ਦੀ ਟਰੱਸਟ ਨੇ ਪ੍ਰਯਾਸ ਕੀਤਾ, ਇਹ ਪ੍ਰਯਾਸ ਪਹਿਲੇ ਹੋਣੇ ਚਾਹੀਦੇ ਸੀ, ਪਰ ਕੀ ਕਹਿੰਦੇ ਨੇ ਜਦੋਂ ਆਏ ਉਹ ਉਦੋਂ ਹੀ ਸਵੇਰਾ। ਅੱਜ ਜੋ ਹੋਇਆ ਬਹੁਤ ਅੱਛਾ ਹੋਇਆ, ਔਰ ਪਰਮਾਤਮਾ ਦੀਆਂ ਮੂਰਤੀਆਂ ਹਰ ਜਗ੍ਹਾ 'ਤੇ ਲੱਗਣੀਆਂ ਚਾਹੀਦੀਆਂ, ਕਿਉਂਕਿ ਸਾਨੂੰ ਵੀ ਇਹ ਹੁੰਦਾ ਸੀ, ਦਰਦ ਹੈਗਾ ਸੀ ਸਾਡੇ 'ਚ ਵੀ ਦੇਖੋ ਜਿਸ ਵਾਲਮੀਕਿ ਮਹਾਰਾਜ ਨੇ ਰਮਾਇਣ ਦੀ ਰਚਨਾ ਕੀਤੀ ਉਹਦਾ ਨਾਂ ਆਉਂਦਾ ਹੀ ਨਹੀਂ ਹੈ, ਬਾਪ ਦਾ ਪਹਿਲੇ ਆਉਣਾ। ਭਗਵਾਨ ਰਾਮ ਜਿਹੜੇ ਹੈ ਉਹ ਫਾਦਰ ਆ, ਪਰ ਭਗਵਾਨ ਵਾਲਮੀਕਿ ਜੀ ਗੋਡ ਫਾਦਰ ਆ। ਯੈਸ, ਇਸ ਲਈ ਉਹਨਾਂ ਦੀ ਮੂਰਤੀ ਪਹਿਲੇ ਹੋਣੀ ਚਾਹੀਦੀ ਆ। ਅੱਜ ਲੱਗਦਾ ਵੀ ਅੱਜ ਵਾਕਈ ਜਿੱਦਾਂ ਮਹਾਰਾਜ ਨੇ ਕਿਹਾ ਵੀ ਅੱਜ ਵਾਕਈ ਉਹ ਸਵੇਰ ਹੋ ਗਈ ਹੈ, ਵੀ ਹੁਣ ਮੰਦਰਾਂ ਦੇ ਵਿੱਚ ਭਗਵਾਨ ਵਾਲਮੀਕਿ ਮਹਾਰਾਜ ਜੀ ਨੂੰ ਦੇਖਣ ਦਾ ਇੱਕ ਅਵਸਰ ਮਿਲੂਗਾ, ਪੂਜਾ ਕਰਨ ਦਾ ਇੱਕ ਹਰ ਇਨਸਾਨ ਨੂੰ, ਚਾਹੇ ਉਹ ਸਨਾਤਨੀ ਕੋਈ ਬੰਦਾ ਨੂੰ ਅਵਸਰ ਮਿਲੂਗਾ। ਦੇਖੋ ਮੈਂ ਆਪਣੀ ਖਰਬਿੰਦ 'ਚੋਂ ਵੀ ਕਿਹਾ, ਆਪਣੀ ਸਪੀਚ 'ਚ ਵੀ ਕਿਹਾ ਕਿ ਜਦੋਂ ਗੱਲ ਉੱਪਰੋਂ ਤੁਰਦੀ ਆ ਫਿਰ ਉਹਦੀ ਮਾਨਤਾ ਵਾ, ਗੱਲ ਉੱਪਰੋਂ ਚੱਲੀ। ਮੋਹਨ ਭਾਗਵਤ ਜੀ ਨੇ ਕਾਨਪੁਰ 'ਚ ਇਹ ਗੱਲ ਕਹੀ ਕਿ ਜੇ ਪਰਮਾਤਮਾ ਰਾਮਾਇਣ ਦੀ ਰਚਨਾ ਨਾ ਕਰਦੇ ਤਾਂ ਰਾਮ ਨੂੰ ਕਿਹਨੇ ਜਾਣਨਾ ਸੀ, ਔਰ ਇੱਕ ਕਦਮ ਜੇ ਉਹਨਾਂ ਨੇ ਵਧਾਇਆ ਤਾਂ ਮੋਦੀ ਜੀ ਨੇ ਦੋ ਕਦਮ ਅੱਗੇ ਵਧਾ ਤਾ ਕੰਮ। ਉਹਨਾਂ ਨੇ ਤਾਂ ਜਿਸ ਦਿਨ ਏਅਰਪੋਰਟ ਦਾ ਨਾਂ ਮਹਾਰਿਸ਼ੀ ਵਾਲਮੀਕਿ ਏਅਰਪੋਰਟ ਰੱਖਿਆ, ਉਸ ਦਿਨ ਆਪਣੇ ਮੁਖਾਰਬਿੰਦ 'ਚ ਆਪਣੇ ਕੰਠ ਚੁੱਕਿਆ ਕਿ ਭਗਵਾਨ ਰਾਮ ਨੇ ਵੀ ਪਰਮਾਤਮਾ ਭਗਵਾਨ ਵਾਲਮੀਕਿ ਮਹਾਰਾਜ ਦੀ ਆਰਾਧਨਾ ਕਰਦੇ ਹੋਏ ਕਿਹਾ ਕਿ ਤੁਮ ਤੇਰੇ ਕਾਲ ਦਰਸ਼ੀ ਮੁਨੀ ਨਾਤਾ ਵਿਸ਼ ਵਿਦਰ ਜੁਮ ਤੁਮਰੇ ਹਾਥਾ, ਕਿ ਇਹ ਮੇਰੇ ਪਰਮ ਪਿਤਾ ਪਰਮਾਤਮਾ ਇਹ ਬ੍ਰਹਿਮੰਡ ਇਹ ਸ੍ਰਿਸ਼ਟੀ ਇੱਕ ਬੇਰ ਦੀ ਤਰ੍ਹਾਂ ਤੁਹਾਡੀ ਹਥੇਲੀ 'ਤੇ ਆ। ਹੁਣ ਇਹ ਗੱਲ ਉੱਪਰੋਂ ਚੱਲੀ ਆ, ਦੋ ਬੜੀਆਂ ਤਾਕਤਾਂ ਹਿੰਦੂ ਮਤ ਹਿੰਦੂ ਸਿਸਟਮ ਦੇ ਜੇ ਮੈਂ ਕਹਿ ਸਕਦਾ ਸਭ ਤੋਂ ਬੜਾ ਕਦਾਵਰ ਕੋਈ ਪਰਸਨੈਲਿਟੀ ਆ ਤਾਂ ਸ਼੍ਰੀ ਮੋਹਨ ਭਗਵਤ ਜੀ, ਔਰ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ, ਉਹਨਾਂ ਤੋਂ ਉੱਪਰ ਤਾਂ ਕੋਈ ਨਹੀਂ। ਤਾਂ ਜਦੋਂ ਇਹਨਾਂ ਨੇ ਉੱਪਰੋਂ ਗੱਲ ਨੂੰ ਤੋਰਿਆ ਵਾ ਤਾਂ ਅੱਜ ਵਾਤਾਵਰਨ ਬਦਲ ਰਿਹਾ ਨਾ, ਹਿਰਦੇ ਪਰਿਵਰਤਨ ਹੋ ਰਿਹਾ ਨਾ, ਔਰ ਇਸ ਹਿਰਦੇ ਪਰਿਵਰਤਨ ਦੇ ਵਿੱਚ ਅਸੀਂ ਸਭ ਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ, ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਔਰ ਵਿਸ਼ੇਸ਼ ਤੌਰ 'ਤੇ ਗੋਬਿੰਦ ਗੋਦਾਮ ਦੇ ਬਹੁਤ ਹੀ ਸਤਿਕਾਰਯੋਗ ਇੱਥੇ ਦੇ ਜਿਹੜੇ ਸਾਡੇ ਮੁੱਖ ਸੇਵਾਦਾਰ ਨੇ ਮਤਲਬ ਧਮੀਜਾ ਸਾਹਿਬ ਅਸ਼ੋਕ ਜੀ, ਔਰ ਆਪਣੀ ਛੋਟੀ ਭੈਣ ਰਾਸ਼ੀ ਅਗਰਵਾਲ ਜੀ ਦਾ, ਉਹਨਾਂ ਦੇ ਸਸੁਰ ਹੇਮਰਾਜ ਅਗਰਵਾਲ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਉਹਨਾਂ ਦੇ ਅੰਦਰੋਂ ਉਹਨਾਂ ਨੇ ਚਾਹਿਆ, ਕੁਛ ਸਾਡੇ ਨਿਵੇਦਨ 'ਤੇ ਨਹੀਂ ਹੋ ਰਿਹਾ ਇਹ। ਅੱਜ ਗੁਪਤਾ ਜੀ ਇੱਥੇ ਅਨਾਊਂਸਮੈਂਟ ਕਰਕੇ ਗਏ ਨੇ, ਦੁਰਗਾ ਮਾਤਾ ਮੰਦਿਰ ਦੇ ਮੁੱਖ ਸੇਵਾਦਾਰ ਨੇ ਬਲਵੀਰ ਗੁਪਤਾ ਜੀ, ਵੀ ਉਹਨਾਂ ਨੇ ਆਪ ਕਿਹਾ ਵੀ ਅਸੀਂ ਹੁਣ ਇਸ ਤੋਂ ਬਾਅਦ ਪਰਮਾਤਮਾ ਦੀ ਮੂਰਤੀ ਦੀ ਸਥਾਪਨਾ ਜਿਹੜੀ ਆ ਦੁਰਗਾ ਮਾਤਾ ਮੰਦਿਰ 'ਚ ਕਰਾਂਗੇ। ਕਿਉਂਕਿ ਪਰਮਾਤਮਾ ਦਾ ਮੈਂ ਪਹਿਲਾਂ ਵੀ ਕਈ ਵਾਰ ਉਚਾਰਨ ਕੀਤਾ
ਕਿ ਪਰਮਾਤਮਾ ਦਾ ਕਿਸੇ ਜਾਤੀ ਨਾਲ ਕੋਈ ਸੰਬੰਧ ਨਹੀਂ ਹੈ। ਪਰਮਾਤਮਾ ਤਾਂ ਸ੍ਰਿਸ਼ਟੀ ਦੇ ਨੇ, ਪਰਮਾਤਮਾ ਤਾਂ ਪੂਰੇ ਵਿਸ਼ਵ ਦੇ ਨੇ। ਪਰਮਾਤਮਾ ਨੇ ਜੋ ਰਾਮਾਇਣ ਦੀ ਰਚਨਾ ਕੀਤੀ ਉਹ ਕਿਸੇ ਕੋਈ ਜਾਤੀ ਵਿਸ਼ੇਸ਼ ਲਈ ਥੋੜ੍ਹੋ ਕੀਤੀ ਹੈ। ਕਿ ਭਗਵਾਨ ਰਾਮ ਨੇ ਜਦੋਂ ਉਹਨਾਂ ਦੀ ਆਰਾਧਨਾ ਕੀਤੀ ਉਹ ਕੋਈ ਵਾਲਮੀਕਿ ਸਮਾਜ ਦੇ ਬੱਚੇ ਥੋੜ੍ਹੋ ਸੀ। ਲਵ ਔਰ ਕੁਸ਼, ਮਾਂ ਸੀਤਾ, ਦ੍ਰੋਪਦਾ, ਮਤਲਬ ਰਾਜਾਸ਼ਟਨੇਮੀ, ਭਾਰਦਵਾਜ ਜੀ, ਮਾਂ ਗੋਮਤੀ, ਇਹਨਾਂ ਦਾ ਕਿਸੇ ਜਾਤ ਨਾਲ ਕੀ ਸੰਬੰਧ ਆ? ਉਹਨਾਂ ਨੇ ਤਾਂ ਈਸ਼ਵਰ ਦੇ ਨਾਲ ਸੰਬੰਧ ਆ ਕਿ ਅਸੀਂ ਸਾਕਸ਼ਾਤ ਪਰਮਾਤਮਾ ਨੂੰ ਈਸ਼ਵਰ ਮੰਨਦੇ ਹਾਂ, ਅਸੀਂ ਉਹਨਾਂ ਨੇ ਆਰਾਧਨਾ ਕੀਤੀ ਆ। ਔਰ ਅਸੀਂ ਵੀ ਇਹ ਗੱਲ ਕਹਿੰਦੇ ਹਾਂ ਕਿ ਕਿਸੇ ਵੀ ਮਹਾਂਪੁਰਸ਼ ਦਾ ਨੋਟ, ਅਸੀਂ ਪਰਮਾਤਮਾ ਦੀ ਗੱਲ ਕਰਦੇ ਹਾਂ, ਅਸੀਂ ਤਾਂ ਭਗਵਾਨ ਰਾਮ ਦੀ ਵੀ ਗੱਲ ਕਰਦੇ ਹਾਂ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀ ਵੀ ਗੱਲ, ਮੁਹੰਮਦ ਸਾਹਿਬ ਦੀ ਗੱਲ, ਜਸਸ ਕ੍ਰਾਈਸਟ ਦੀ ਵੀ ਗੱਲ ਕਰਦੇ, ਮਹਾਵੀਰ ਜੈਨ ਜੀ ਦੀ ਵੀ ਗੱਲ ਕਰਦੇ, ਮਹਾਤਮਾ ਬੁੱਧ ਜੀ ਦੀ ਵੀ ਗੱਲ। ਕੋਈ ਵੀ ਮਹਾਂਪੁਰਸ਼ ਆ ਉਹਦਾ ਕਿਸੇ ਜਾਤੀ ਨਾਲ ਕੋਈ ਸੰਬੰਧ ਨਹੀਂ ਹੁੰਦਾ। ਹਾਂ, ਚੁਣਿੰਦਾ ਲੋਕ ਜਿਹੜੇ ਨੇ ਉਹ ਐਟਮੋਸਫੇਅਰ ਖਰਾਬ ਕਰਨ ਦੇ ਲਈ ਜ਼ਰੂਰ ਕੋਈ ਨਾ ਕੋਈ ਬਿਆਨਬਾਜ਼ੀ, ਗਲਤਬਾਜ਼ੀ ਕਰਦੇ ਰਹਿੰਦੇ। ਸਾਡੇ ਪਰਮ ਪੂਜਨੀ ਆ ਪ੍ਰਭੂ ਰਿਸ਼ਨ ਤਨਾਕਰ ਜੀ ਮਹਾਰਾਜ ਨੇ ਸਾਨੂੰ ਸਿੱਖਿਆ ਦਿੱਤੀ, ਉਹਨਾਂ ਨੇ ਤਾਂ ਦਿੱਤੀ ਪਿਆਰ ਦੀ ਆ, ਕਿ ਤੁਸੀਂ ਹਰ ਦੇਸ਼ ਦੇ ਅੰਦਰ ਹਰ ਇਨਸਾਨ ਨਾਲ ਪਿਆਰ ਕਰਨਾ, ਕਿਉਂਕਿ ਪਰਮਾਤਮਾ ਨੇ ਜੋ ਰਾਮਾਇਣ ਦੀ ਰਚਨਾ ਕੀਤੀ ਆ ਉਹ ਦੋ ਪੰਛੀ ਆਪਸ ਵਿੱਚ ਮਿਲਨ ਕਰ ਰਹੇ ਸੀ, ਕਰੋਚ ਅਤੇ ਕਰੋਚਨੀ। ਜਦੋਂ ਕਰੋਚ ਵੱਧ ਹੋਇਆ ਤਾਂ ਪਰਮਾਤਮਾ ਉਸ ਕਰੋਚਨੀ ਦੀ ਵਿਆਕੁਲਤਾ ਨਹੀਂ ਦੇਖ ਪਾਏ, ਉਹਦਾ ਰੋਣਾ ਨਹੀਂ ਦੇਖ ਪਾਏ, ਰਾਮਾਇਣ ਦੀ ਰਚਨਾ ਕਰਤੀ। ਤਾਂ ਸੇਮ ਪਰਮਾਤਮਾ ਦੇ ਬਾਰੇ ਸਾਨੂੰ ਜਿਹੜਾ ਗਿਆਨ ਆ ਉਹ ਪਰਮ ਪੂਜਨੇ ਪ੍ਰਭੂ ਰਿਸ਼ਨਾਥ ਤਨਾਕਰ ਜੀ ਮਹਾਰਾਜ ਨੇ ਦਿੱਤਾ ਕਿ ਸਿਰਫ ਪੂਰੇ ਵਿਸ਼ਵ 'ਚ ਤੁਸੀਂ ਸਾਰਿਆਂ ਨਾਲ ਪਿਆਰ ਕਰੋ, ਕਿਉਂਕਿ ਪਿਆਰ ਦੇ ਨਾਲ ਤੁਸੀਂ ਸਭ ਕੁਝ ਪ੍ਰਾਪਤ ਕਰ ਸਕਦੇ ਹੋ, ਨਫ਼ਰਤ ਦੇ ਨਾਲ ਕੋਈ ਪ੍ਰਾਪਤੀ ਨਹੀਂ ਹੋ ਸਕਦੀ। ਓਕੇ ਜੀ, ਮੈਂ 22 ਜਨਵਰੀ ਕੱਲ੍ਹ ਇਤਿਹਾਸ ਲਿਖਣ ਜਾ ਰਿਹਾ ਪੂਰਾ ਹਿੰਦੁਸਤਾਨ ਕਾ, ਲੇਕਿਨ ਆਜ 21 ਜਨਵਰੀ ਲੱਗਦਾ ਵੀ ਆਜ ਵੀ ਇਤਿਹਾਸ ਲਿਖਿਆ ਗਿਆ, ਕਿਉਂਕਿ ਲੁਧਿਆਣਾ ਮੇਂ ਪੰਜਾਬ ਕੀ ਧਰਤੀ ਪਰ ਆਜ ਭਗਵਾਨ ਵਾਲਮੀਕਿ ਮਹਾਰਾਜ ਜੋ ਮੂਰਤੀ ਸਥਾਪਨਾ ਆਜ ਰਾਮ ਦਰਬਾਰ ਮੇਂ ਹੋ। ਮੇਰਾ ਮਨਹ ਭਾਵ ਇਹ ਹੋ ਰਿਹਾ ਹੈ, ਆਜ ਸਵਯਂ ਭਗਵਾਨ ਵਾਲਮੀਕਿ ਜੀ ਸ਼੍ਰੀ ਗੋਬਿੰਦ ਗੋਧਾਮ ਕੀ ਇਸ ਪਵਿੱਤਰ ਇਸ ਪੁਣ ਸਥਲੀ ਮੇਂ ਪ੍ਰਗਟ ਹੋਏ ਹੈ ਹਮ ਸਭੀ ਕੋ ਦਰਸ਼ਨ ਦੇਣੇ ਹੇਤੂ, ਔਰ ਉਨਕਾ ਯਹਾਂ ਆਗਮਨ, ਉਨਕਾ ਯੇ ਪ੍ਰਾਕਟ ਵਾਸਤਵ ਮੇਂ ਯੇ ਕਵਚ ਹੈ, ਯੇ ਕਵਚ ਹੈ ਕੱਲ ਕੇ ਹਮਾਰੇ ਮਹੋਤਸਵ ਕੇ ਲੀਏ ਕਿ ਰਾਮ ਆਗਮਨ, ਰਾਮ ਪ੍ਰਾਣ ਪ੍ਰਤਿਸ਼ਠਾ 100%, ਹਰ ਵਿਘਨ ਕੋ ਯੇ ਨਿਰਵਿਘਨ ਬਨਾਤਾ ਉਨਕਾ ਆਗਮਨ, ਯੇ ਅੱਜ ਯੇ ਦਰਸ਼ਾਤਾ ਹੈ। ਤੋ ਮੈਂ ਸਕਲ ਸਮਾਜ ਕੋ ਯੇ ਕਹੂੰਗੀ, ਅੱਜ ਵਿਸ਼ੇਸ਼ ਵਾਲਮੀਕਿ ਤੀਰਥ ਸੇ ਹਮਾਰੇ ਆਦਰਣੀਏ ਹੈਪੀ ਭੀਲ ਜੀ ਔਰ ਹਮਾਰੇ ਸਮਾਜ ਸੇ ਸੰਤੋ ਨੇ ਜਿਸ ਪ੍ਰਕਾਰ ਸੇ ਆਨੰਦਤਰੀ ਜੀ, ਵਿਸ਼ੇਸ਼ ਅਸ਼ਵਨੀ ਬੇਦੀ ਜੀ ਕੇ ਸਮਾਗਮ ਸੇ ਅੱਜ ਇਹ ਸਾਰਾ ਮਹੋਤਸਵ ਅੱਜ ਪੂਰਨ ਹੁਆ, ਇਸਕਾ ਮੈਂ ਇੱਕ ਸਮਾਜ ਮੇਂ ਇੱਕ ਬਹੁਤ ਅੱਛਾ ਜਿਸਕੀ ਆਵਸ਼ਕਤਾ ਥੀ ਸਮਰਸਤਾ ਕੇ ਖੇਤਰ ਮੇਂ, ਕਿ ਵਾਸਤਵ ਮੇਂ ਹਮ ਔਰ ਵਾਲਮੀਕਿ ਸਮਾਜ ਅਲੱਗ ਨਹੀਂ ਹੈ, ਹਮ ਇੱਕ ਹੀ ਸਿੱਕੇ ਕੇ ਦੋ ਪਹਿਲੂ ਹੈ। ਜਿਸ ਪ੍ਰਕਾਰ ਸੇ ਨਭ ਨੇ ਸੂਰਯ ਕੋ ਔਰ ਚੰਦਰ ਕੋ ਆਪਣੀ ਅੰਕ ਮੇਂ ਰੱਖਾ ਹੈ, ਉਸੀ ਪ੍ਰਕਾਰ ਵਾਲਮੀਕਿ ਭਗਵਾਨ ਇਨਹੋਨੇ ਜੋ ਹਮੇ ਰਾਮ ਪ੍ਰਸਾਦ ਦੀਆ, ਤੋ ਉਸ ਰਾਮ ਪ੍ਰਸਾਦ ਕੋ ਪ੍ਰਾਪਤ ਕਰਕੇ ਹਮ ਦੋਨੋ ਕੇ ਮਧ੍ਯ ਮੀਠਾ ਸਦੈਵ ਸੰਬੰਧ ਰਹੇ। ਅੱਜ ਕੀ ਵਿਸ਼ਿਸ਼ਟਤਾ ਇਹ ਰਹੀ ਭਗਵਾਨ के प्राकट्य की ऐसी मधुर एक हृदय में आपके एक अच्छी भावना बनी। परम गुरु श्री वाल्मीकि समाज के स्वामी हैप्पी भील जी को मैंने विनय की कि मैं आपके हाथ में रक्षा सूत्र बांध सकती हूँ, उन्होंने स्वीकारा और आज वास्तव में ये समूचे समाज, ये यहाँ केवल ये स्थली तक ये सीमित नहीं रहेगा। यहाँ मैं बतला देती हूँ, मैं सूर्यवंशी पाल ठाकुर हूँ और मैं अग्रवाल समाज में पंजाब की बहू हूँ। आज हिंदू होते हुए मैंने वाल्मीकि समाज के परम गुरु जिस प्रकार से उन्होंने मेरे रक्षा सूत्र को स्वीकारा है, आज यहाँ से ये बात समूचे भारत में जाए कि हिंदू बहन
और वाल्मीकि समाज, आप सभी ने मेरे शीस पर ये सदैव कृपा हस्त रखना है, क्योंकि आज से मैं आपकी बहन हो गई हूँ। तो ये रिश्ता यहाँ से अटूट हो गया है। जय श्री राम। ये रामलला के आगमन का आनंद है। सभी जितना भी प्रकृति है आपके अनुकूल हो रही है। जय श्री राम। लुधियाना दे गोविंद गोदाम के अज भगवान श्री वाल्मीकि महाराज, इस पिछे तस्वीर देख रहे, ये राम दरबार है पिछे, जिथे अज इसे शुरुआत हो गई है, और भगवान वाल्मीकि महाराज जी की जड़ी मूर्ति स्थापना इतने हो गई है। और कल 22 जनवरी में एक इतिहासिक दिन होने वाला है हिंदुस्तान लिए, क्योंकि 22 जनवरी भगवान अयोध्या में भगवान श्री लला जी की मूर्ति स्थापना होगी। उस तो पहले ही अज 21 जनवरी पंजाब के लुधियाना के गोविंद गोदाम राम दरबार भगवान वाल्मीकि महाराज जी की मूर्ति इतने प्राण प्रतिष्ठा होगी। इस दे नाल ही लुधियाना होर मंदिरों के भी भगवान वाल्मीकि महाराज की मूर्ति स्थापना की लड़ी शुरू हो जा रही है। कैमरामैन बॉबी ना संदीप शर्मा, दैनिक सवेरा टीवी लुधियाना।